ਧੰਨਵਾਦ ਕਰਦੀ ਹਾਂ ਪਿਤਾ ਪਿਤਾ ਜੀ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਨੂੰ ਇੱਕ ਸਾਲ ਹੋ ਜਾਣਾ ਸੀ ਜੀ ਆਪਣੇ ਕੋਲ ਜਾਣ ਦਾ, ਜੋ ਕਿ ਨਾ ਪੂਰਾ ਹੋਣ ਵਾਲਾ ਘੱਟ ਹੈ ਸਾਡੇ ਲਈ ਤਾਂ ਇਹਦਾ ਹੀ ਹੈਗਾ ਸੀ। ਮੈਨੂੰ ਐਂ ਲੱਗਦਾ ਵੀ ਚਾਹੁਣ ਵਾਲਾ ਜਿਹੜੇ ਅਸੀਂ ਸਾਲ ਤੋਂ ਦੇਖ ਰਹੇ ਹਾਂ ਉਹਦੇ ਚਾਹੁਣ ਵਾਲਿਆਂ ਲਈ ਵੀ ਉੱਦਾਂ ਵੱਡਾ ਹੀ ਘੱਟ ਹੈ ਜਿਹੜਾ ਸਾਡੇ ਲਈ। ਤੁਹਾਡਾ ਧੰਨਵਾਦ ਕਰਦੀ ਹਾਂ ਜਿਹੜੇ ਤੁਸੀਂ ਸਾਡੇ ਜਸਮਾਂ 'ਤੇ ਮੱਲ ਮਿਲਾ ਰਹੇ ਹੋ। ਸਾਲ ਹੋ ਗਿਆ ਅਤੇ ਬਾਕੀ ਤਾਂ 2-3% ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਬਦਨਾਮ ਕਰਨਾ ਨਹੀਂ, ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ। ਮੈਂ ਸਿਰਫ ਅੱਜ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਜਿਹੜੀ ਕਹਿੰਦੇ ਹੈਗੇ ਵੀ ਉਹਦਾ ਤਾਂ ਗੈਂਗਸਟਰਾਂ ਨਾਲ ਸੀਗਾ, ਉਹ ਤਾਂ ਗੈਂਗਸਟਰ ਹੀ ਸਿੱਧਾ ਸਿੱਧਾ ਗੈਂਗਸਟਰ ਹੀ ਕਹਿਣ ਲੱਗ ਗਈ ਵੀ ਗੈਂਗਸਟਰ ਸੀ। ਕਦੇ ਵੀ ਗੈਂਗਸਟਰਾਂ ਦੇ ਮੜੀਆਂ ਦੇ ਉੱਤੇ ਕਦੇ ਸਟੈਚੂ ਸਥਾਪਿਤ ਨਹੀਂ ਕੀਤੇ ਜਾਂਦੇ ਅਤੇ ਨਾ 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 ਹੀ ਉਹਨਾਂ ਦਾ ਸਾਲ ਸਾਲ ਭਰ ਅਫਸੋਸ ਹੁੰਦਾ। ਉਹਨਾਂ ਨੂੰ ਸੋਚ ਲੈਣਾ ਚਾਹੀਦਾ, ਸਮਝ ਲੈਣਾ ਚਾਹੀਦਾ ਵੀ ਜਿਹੜੀ ਅਸੀਂ ਗੱਲ ਕਰਦੇ ਹਾਂ ਉਹ ਦਾਇਰੇ ਵਿੱਚ ਰਹਿ ਕੇ ਕਰੀਏ। ਸ਼ੁਭਦੀਪ ਸੋਨੂੰ ਵੀ ਪਤਾ ਕੀ ਸੀ ਅਤੇ ਮੈਨੂੰ ਵੀ ਪਤਾ ਕੀ ਸੀ। ਵਿੱਚ ਕੁਛ ਕੁ ਕਹਿੰਦੇ ਆ ਵੀ ਉਹਦੀ ਕੀ ਦੇਣ ਸੀ ਮਿਜ਼ਾਜ ਨੂੰ, ਕਿਉਂਕਿ ਜੇ ਆਪਦੇ ਆਪ ਕਹਾਂਗੇ ਤਾਂ ਉਹ ਘੁਮਿਆਰੀ ਕਹਿੰਦੇ ਹੁੰਦੇ ਆਪਦੇ ਭਾਂਡੇ ਨੂੰ ਸਲਾਉਂਦੀ ਹੁੰਦੀ, ਉਹ ਗੱਲ ਸਲਾਉਣ ਵਾਲੀ ਹੋ ਜਾਂਦੀ ਹੈ। ਬਾਕੀ ਮੈਂ ਇੱਕੋ ਹੀ ਗੱਲ ਕਹੂੰਗੀ ਵੀ ਤੁਸੀਂ ਡਾਕਟਰ ਸੁਮੇਲ ਸਿੰਘ ਸਿੱਧੂ ਦੀ ਕਿਸੇ ਪ੍ਰੋਫੈਸਰ ਨਾਲ ਇੰਟਰਵਿਊ ਹੈ ਉਹ ਸੁਣਿਓ, ਜਿਹੜੇ ਕਹਿੰਦੇ ਉਹਦੀ ਕੀ ਦੇਣਾ ਉੱਥੋਂ ਪਤਾ ਲੱਗੂ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਪੜ੍ਹੇ ਲਿਖੇ ਲੋਕ ਹੀ ਜਾਣਦੇ ਆ, ਜਿਹੜਿਆਂ ਨੇ ਸਿਰਫ ਬੈਠ ਕੇ ਭਕਾਈ ਵੀ ਮਾਰਨੀ ਆ ਉਹਨਾਂ ਨੂੰ ਕੀ ਪਤਾ ਵੀ ਕਿਹਦੀ ਕੀ ਦੇਣਾ ਕਿਹਦੀ ਕੀ ਹੈ। ਮੈਂ ਉਹਨਾਂ ਨੂੰ ਬੇਨਤੀ ਕਰੂੰਗੀ, ਗੁਜ਼ਾਰਿਸ਼ ਕਰੂੰਗੀ ਵੀ ਤੁਸੀਂ ਸੁਮੇਲ ਡਾਕਟਰ ਸੁਮੇਲ ਸਿੰਘ ਸਿੱਧੂ ਵੀਰ ਜੀ ਉਹਨਾਂ ਦੀ ਤੁਸੀਂ ਇੰਟਰਵਿਊ ਸੁਣਿਓ, ਤੁਹਾਨੂੰ ਪਤਾ ਲੱਗੇਗਾ ਉਹਦੇ ਵਿੱਚ ਸ਼ੁਭਦੀਪ ਦਾ ਸ਼ੁਭਦੀਪ ਦੀ ਕੀ ਦੇ। ਬਾਕੀ ਇੱਕ ਹੋਰ ਗੱਲ ਹੈ ਰਾਜੇ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਜੇ ਤੁਸੀਂ ਸ਼ੁਭਦੀਪ ਨੂੰ ਪਿਆਰ ਕਰਦੇ ਹੋ ਕੋਈ ਕੈਬ ਹੈ ਉਹ ਸ਼ੁਭਦੀਪ ਦਾ ਆਵਾਜ਼ ਲਾ ਕੇ ਗਾਣੇ ਬਣਾ ਰਹੇ ਨੇ, ਕਿਉਂਕਿ ਜਿਹੜੇ ਵਿਚਾਰੇ ਆਪਣੇ ਵਰਗੇ ਭੋਲੇ ਭਾਲੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਸ਼ੁਭਦੀਪ ਦਾ ਗਾਣਾ ਹੀ ਹੈ ਕਿ ਕਿਹਦਾ ਗਾਣਾ, ਉਹ ਸਾਡੇ ਵਾਸਤੇ ਕਾਫੀ ਹਾਨੀ ਕਾਫੀ ਸਿੱਧ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ, ਕਿਉਂਕਿ ਸ਼ਿਵਜੀ ਨੂੰ ਬਦਨਾਮ ਕਰਦੇ ਤਾਂ ਪੂਰਾ ਜ਼ੋਰ ਲੱਗਿਆ ਹੋਇਆ ਹੈ। ਜੇ ਉਹ ਹੀ ਆਵਾਜ਼ ਲਾ ਕੇ ਕਿਸੇ ਦੀ ਫੌਰਨ ਪੌੜਿੰਗ ਉੱਧਰ ਉੱਧਰ ਹੀ ਹੋਊਗੀ ਤਾਂ ਫਿਰ ਉਹ ਨਿਕਲਣਾ ਉਹਦੇ ਵਿੱਚ ਵੀ ਨਹੀਂ ਕੁਛ ਹੈਗਾ, ਸੱਚ ਤਾਂ ਆਖਰ ਨੂੰ ਸੱਚ ਹੀ ਹੁੰਦਾ, ਪਰ ਉਹਦੇ ਨਾਲ ਜਿਹੜੀ ਸਾਨੂੰ ਤਕਲੀਫ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਅਤੇ ਇਹਨਾਂ ਚੀਜ਼ਾਂ ਤੋਂ ਮੈਂ ਤੁਹਾਨੂੰ ਕੀ ਕਹਾਂ, ਮੇਰੇ ਬੱਚੇ ਭੈਣ ਭਰਾ ਉਹ ਬਸ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ, ਇਨਸਾਫ ਆਪਾਂ ਨੂੰ ਪਹਿਲਾਂ ਹੀ ਨਹੀਂ ਮਿਲ ਰਿਹਾ ਕਿਉਂਕਿ ਇਨਸਾਫ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀ, ਕਿਤੇ ਕਿਹਨੂੰ ਇਨਸਾਫ ਹੋ ਗਈ, ਸਾਰਾ ਪਤਾ ਇਹਨਾਂ ਨੂੰ ਕਿੱਥੋਂ ਕੀ ਹੋਇਆ ਕਿੱਥੋਂ ਕੀ ਹੋਇਆ, ਇਨਸਾਫ ਦੀ ਤਾਂ ਹੁਣ ਕੋਈ ਮੰਗਣ ਵਾਲੀ ਗੱਲ ਨਹੀਂ ਰਹੀ, ਨਾ ਹੀ ਹੁਣ ਅਸੀਂ ਮੰਗੀਏ ਇਹਨਾਂ ਤੋਂ। ਤੁਸੀਂ ਵੀ ਜਾਣਦੇ ਹੋ ਸਾਰਾ ਦਿਨ ਸੋਸ਼ਲ ਮੀਡੀਆ 'ਤੇ ਰਹਿੰਦੇ ਹੋ, ਅਸੀਂ ਵੀ ਜਾਣਦੇ ਹਾਂ ਰਾਤ ਨੂੰ ਜਦੋਂ ਜਾਗ ਆ ਜਾਂਦੀ ਹੈ ਐਂ ਲੱਗੀ ਜਾਊਗੀ ਵੀ ਐਡੇ ਐਡੇ ਹਥਿਆਰ ਆ, ਜੇ ਅਸੀਂ ਕਿਤੇ ਆਪਣੀ ਸਟੇਟ ਛੱਡ ਕੇ ਦੂਜੀ ਸਟੇਟ 'ਚ ਜਾਂਦੇ ਹਾਂ ਤਾਂ ਆਪਣਾ ਤੋਂ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਸਭ ਕੁਛ ਪੁੱਛਦੇ ਹੋ ਸਾਰੀ ਵੀ ਉਹ ਐਡੇ ਐਡੇ ਹਥਿਆਰ ਆ, 24 ਤੋਂ ਲੈ ਕੇ 29 ਤੱਕ ਮਾਨਸਾ ਤੁਰੇ ਫਿਰਦੇ ਰਹੇ, ਬੜੇ ਸਵਾਲ ਉੱਠਦੇ ਆਪਣੇ ਦਿਮਾਗ ਦੇ ਵਿੱਚ ਵੀ ਕਿਹਦੀ ਕਿਹਦੀ ਗਿਲੀ ਭੁਗਤ ਹੋ ਸਕਦੀ ਹੈ, ਜਿਹਨੇ ਐਂ ਨਾ ਦੇਖਿਆ ਵੀ ਇੰਨੇ ਹਥਿਆਰ ਲੈ ਕੇ ਬੰਦੇ ਇੱਥੇ ਤੁਰੇ ਫਿਰਦੇ ਨੇ ਕੀ ਕਾਰਨ ਆ, ਫਿਰ ਸਾਨੂੰ ਵਿੱਚ ਲੋਕ ਕਹਿ ਦਿੰਦੇ ਨੇ ਲੈ ਜੀ
ਮੇਰਾ ਤਾਂ ਸਾਰਾ ਕੁਛ ਉੱਜ ਗਿਆ। ਮੈਨੂੰ ਸਭ ਕੁਛ ਦੇ ਕੇ ਪਰਮਾਤਮਾ ਨੇ ਮੇਰੇ ਕੋਲ ਇਹਨਾਂ ਨੇ ਬਰਿੰਦਾਂ ਨੇ ਮੈਨੂੰ ਕੁਛ ਵੀ ਨਹੀਂ ਛੱਡਿਆ। ਪਰਮਾਤਮਾ ਨੇ ਮੇਰੀ ਬਹੁਤ ਹੈਲਪ ਕੀਤੀ, ਮੇਰੇ ਪੁੱਤ ਦੀ ਬਹੁਤ ਹੈਲਪ ਕੀਤੀ 4 ਸਾਲ ਦੇ ਕਰੀਅਰ ਵਿੱਚ। ਇੰਨਾ ਉਹਨੇ ਮਤਲਬ ਨਾਮ ਕਮਾਇਆ, ਉਹ ਅੱਜ ਸਾਰੇ ਲੋਕ ਵੀ ਦੇਖਦੇ ਆ ਜਿਹੜੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ ਵੀ ਦੇਖ ਲੈਣ ਵੀ ਕਿਸੇ ਗਲਤ ਬੰਦੇ ਦੇ। ਅਫਸੋਸ ਚ ਇੰਨਾ ਇਕੱਠ ਨਹੀਂ ਹੁੰਦਾ ਕਦੇ, ਸਾਲ ਸਾਲ ਭਰ ਕਦੇ ਉਹਨਾਂ ਦੇ ਕੋਈ ਨਹੀਂ ਜਾਂਦਾ। ਤੁਸੀਂ ਆਏ ਜੀ ਆਇਆਂ ਨੂੰ, ਮੈਨੂੰ ਮੈਂ ਕੀ ਕਹਾਂ, ਮੈਨੂੰ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਵੀ ਮੇਰਾ ਪੁੱਤ ਕਿੰਨੀ ਵੱਡੀ ਨੇਕੀ ਖੱਟ ਕੇ ਮੇਰੀ ਝੋਲੀ ਫਸ ਗਈ। ਨਹੀਂ ਜਿਹਦਾ ਹੋਣਹਾਰ ਗੁਰੂ ਪੁੱਤ ਜਵਾਨ ਤੋਂ ਚਲਾ ਗਿਆ ਹੋਵੇ, ਮਾਪੇ ਤਾਂ ਕਦਮ ਨਹੀਂ ਪੜ ਸਕਦੇ। ਮੈਂ ਤੁਹਾਡੇ ਹੌਸਲੇ ਕਰਕੇ ਹੁਣ ਅੱਜ ਥਾਂ 2-3 ਥਾਵੇਂ ਅਸੀਂ ਭੋਗਾਂ 'ਤੇ ਜਾ ਕੇ ਆਏ ਹਾਂ, ਸੁਖਮਨੀ ਸਾਹਿਬ ਕਰਵਾਏ ਹੋਏ ਆ ਥਾਂ ਥਾਂ, ਅਤੇ ਜਾਣੀ ਸਾਨੂੰ ਮਜ਼ਬੂਤੀ ਮਿਲਦੀ ਹੈ ਵੀ ਜਿਹਾ ਜਿਹਾ ਸਾਨੂੰ ਘਾਟਾ ਬਣਿਆ ਇਹਨਾਂ ਨੂੰ ਵੀ ਪਿਆਰ ਚਾਹਿਆ ਹੁੰਦਾ ਜਿਹੜੇ ਸ਼ੁਰੂ ਦੀ ਤੁਹਾਨੂੰ ਪਿਆਰ ਕਰਦੇ ਆ। ਬਾਕੀ 29 ਮਈ ਨੂੰ 5 ਵਜੇ ਕੈਂਡਲ ਮਾਰਚ ਹੈ, ਅਸੀਂ ਫਿਰ ਜੇ ਸੁੱਤੀ ਹੋਈ ਸਾਡੀ ਸਰਕਾਰ ਹੈਗੀ ਸ਼ੁਰੂ ਦਿਵਾਈਏ। ਫਿਰ ਕਹਿ ਦਿੰਦੇ ਨੇ ਤੁਸੀਂ ਤਾਂ ਫਲਾਣੇ ਦਾ ਨਾਂ ਲੈ ਲੈਣ, ਜੇ ਮੇਰੀ ਕਿਸੇ ਨਾਲ ਬਣਦੀ ਤਾਂ ਫਲਾਣੇ ਦਾ ਨਾਂ ਲੈ ਲਓ। ਭਾਨੇ ਸਿੱਧੂ ਵਰਗਿਆਂ ਨੂੰ ਤਾਂ ਕਿਵੇਂ ਪੁਲਿਸ ਨੇ ਮਿੰਟ 'ਚ ਚੱਕ ਲਿਆ, ਅਤੇ ਜਿਹਨਾਂ ਨੂੰ ਅਸੀਂ ਕਹਿੰਦੇ ਉਹਨਾਂ ਨੂੰ ਕਿਉਂ ਨਹੀਂ ਚੱਕ ਲਿਆ? ਸਾਡਾ ਕਿਲਾ ਇਹਨਾਂ ਨਾਲ ਇਹੀ ਹੈ, ਹੋਰ ਕੋਈ। ਸੱਚ ਬੋਲਣ ਵਾਲਾ ਬੰਦਾ, ਗਰੀਬ ਗੁਰਦਿਆਂ ਦੀ ਮਦਦ ਕਰਨ ਵਾਲਾ ਬੰਦਾ, ਜਾਂ ਤਾਂ ਉਹਨੂੰ ਫੜ ਕੇ ਜੇਲ੍ਹਾਂ 'ਚ ਦੇ ਦਿੰਦੇ ਨੇ ਜਾਂ ਫਿਰ ਉਹਨਾਂ ਨੂੰ ਮਰਵਾਇਆ। ਸ਼ੁਭਦੀਪ ਵੀ ਸੱਚ ਹੀ ਬੋਲਦਾ ਸੀ, ਸ਼ੁਭਦੀਪ ਤੋਂ ਜਾਣ ਵੱਲੋਂ ਜਿੰਨੇ ਉਹਦੇ ਨਾਲ ਪਰਿਵਾਰ ਕੰਮ ਕਰਦੇ ਸੀ, ਜਿਹੜੇ ਕਹਿੰਦੇ ਨਾ ਵੀ ਸ਼ੁਭਦੀਪ ਦੀ ਕੀ ਦੇਣ ਹੈ, ਜਿਹੜੇ ਉਹਦੇ ਨਾਲ ਪਰਿਵਾਰ ਕੰਮ ਕਰਦੇ ਸੀ ਨਾ, 100-100 ਪਰਿਵਾਰ ਜੁੜਿਆ ਹੋਇਆ ਸੀ ਇੱਕ ਇੱਕ ਪ੍ਰੋਜੈਕਟ ਨਾਲ ਉਹਦੇ ਨਾਲ, ਉਹਨਾਂ ਨੂੰ ਪੁੱਛ ਕੇ ਦੇਖਿਓ। ਸਾਡੇ ਮਜੀਸ਼ੀਅਨ ਸੀਗੇ ਵਿਚਾਰੇ ਇੱਥੋਂ ਸਾਡੇ ਪਿੰਡ ਗੋਖਰ ਦੇ ਨਾਲ ਦੇ, ਉਹਨੇ ਕਿਤੇ ਵੱਡੀ ਮੰਡੀ 'ਚੋਂ ਮਜੀਸ਼ੀਅਨ ਨਹੀਂ ਚੱਕੇ ਸੀ, ਉਹ ਕਹਿੰਦਾ ਸੀ ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਊਂਗਾ, ਤਾਂ ਮੇਰਾ ਇੱਥੇ ਆਉਣ ਦਾ ਫਾਇਦਾ ਨਹੀਂ, ਮੇਰਾ ਕੋਈ ਫਾਇਦਾ ਨਹੀਂ। ਅਸੀਂ ਇੱਥੇ ਜਗਰਾਤੇ ਦੇ ਗਏ, ਸਾਡੇ ਆੜ੍ਹਤੀਆਂ ਦੀ ਜਗਰਾਤਾ ਸੀ, ਉੱਥੇ ਉਹ ਮੁੰਡਾ ਭੁੱਬਾ ਮਾਰ ਕੇ ਮੇਰੇ ਕੋਲ ਹੋਇਆ, ਕਹਿੰਦਾ ਆਪ ਮਰ ਗਿਆ ਸਾਨੂੰ ਵੀ ਮਾਰ ਗਿਆ। ਜਿਨ੍ਹਾਂ ਦੀ ਰੋਟੀ ਰੋਜੀ ਉਹ ਵੀ ਹੈ ਨਾ ਉਹਨਾਂ ਨੇ ਦਰਿੰਦਿਆਂ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ 'ਤੇ ਕੀ ਬੀਤ ਗਈ। ਲਾਸਟ 'ਚ ਤੁਹਾਨੂੰ ਇਹ ਵੀ ਅਪੀਲ ਕਰਦੀ ਹਾਂ ਵੀ ਇੱਕ ਤਾਂ ਸ਼ੁਭਦੀਪ ਦੇ ਜਿਹੜੇ ਐਪ ਰਾਹੀਂ ਆਵਾਜ਼ ਲਾਉਂਦੇ ਆ ਬੱਚੇ, ਉਹ ਥੋੜ੍ਹਾ ਜਿਹਾ ਸਾਡੇ 'ਤੇ ਤਰਸ ਕਰਨ। ਤੁਹਾਡਾ ਹੌਂਸਲਾ ਸਾਡਾ ਹੌਂਸਲਾ, ਤੁਹਾਨੂੰ ਦੇਖ ਕੇ ਅਸੀਂ ਹੋਰ ਮਜ਼ਬੂਤ ਬਣਦੇ ਹਾਂ, ਲੱਗੇ ਹੋਏ ਹਾਂ। ਕੋਈ ਗੱਲ ਨਹੀਂ, ਜੇ ਕੋਈ ਸਰਕਾਰਾਂ ਜਾਂ ਕੋਈ ਹੋਰ ਆਪਾਂ ਨੂੰ ਕੋਈ ਨਹੀਂ ਇਨਸਾਫ ਹੁੰਦਾ, ਸੱਚੀ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਅੱਗੇ ਹੀ ਅਰਦਾਸ ਹੈ, ਸੱਚੇ ਪਾਤਸ਼ਾਹ ਜੀ ਮੈਂ ਅੱਜ ਤੜਫਾ ਅਸੀਂ ਤੜਫ ਰਹੇ ਹਾਂ, ਜਿਨ੍ਹਾਂ ਨੇ ਸ਼ੁਭਦੀਪ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਘੜੀਆਂ ਉਹ ਹੀ ਤੜਫਣ, ਉਹਨਾਂ ਦੇ ਵੀ ਐਡੇ ਐਡੀ ਜਾਣ ਇਹਨਾਂ ਦੇ ਮੂੰਹ। ਮੈਂ ਕਹਿਣਾ ਤਾਂ ਨਹੀਂ ਚਾਹੁੰਦੀ ਸੀ, ਬੱਚਿਆਂ ਦਾ ਕਸੂਰ ਨਹੀਂ ਹੁੰਦਾ, ਪਰ ਕਰਨੀਆਂ ਭਰਨੀਆਂ ਇੱਥੇ ਨਹੀਂ। ਵਾਹਿਗੁਰੂ ਮੈਂ ਤਾਂ ਕਹਿੰਦੀ ਹਾਂ ਉਹਨਾਂ ਨੂੰ ਵੀ ਆਹੀ ਦਿਨ ਦਿਖਾਈ ਜਿਹੜੇ ਸਾਨੂੰ ਦਿਖਾਈ ਨੇ, ਜਿਹਨੇ ਸ਼ੁਭਦੀਪ ਨਾਲ ਆਈ। ਬਾਕੀ ਜੋ ਸ਼ੁਭਦੀਪ ਨੂੰ ਪਿਆਰ ਕਰਦੇ ਨੇ ਪਰਮਾਤਮਾ ਉਹਨਾਂ ਵਿੱਚ ਉਹਨਾਂ ਨੂੰ ਵਰ ਬਖਸ਼ੇ, ਲੰਬੀਆਂ ਉਮਰਾਂ ਬਖਸ਼ੇ, ਤਰੱਕੀਆਂ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਭਦੀਪ ਨੂੰ ਚਾਹੁਣ ਵਾਲੇ, ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਆਪੋ ਆਪਦੇ ਸ਼ਹਿਰਾਂ 'ਚ ਹੋ ਸਕਿਆ, ਆਪੋ ਆਪਦੇ ਪਿੰਡਾਂ 'ਚ, ਆਪੋ ਆਪਦੇ ਸ਼ਹਿਰਾਂ 'ਚ ਕੈਂਡਲ ਮਾਰਚ ਕੱਢ ਸਕਦੇ ਹੋ, ਤਾਂ ਜ਼ਰੂਰ ਮੇਰੀ ਇੰਨੀ ਬੇਨਤੀ ਪੂਰੀ ਕਰਿਓ, ਤਾਂ ਜੇ ਜੋ ਸ਼ੁਭਦੀਪ ਨੂੰ ਬੋਲਦੇ ਆ ਵੀ ਗੰਜ ਤੋਂ ਪਲਾਣਾ 'ਤੇ ਕੜਾਈ ਕਰਾਉਣਾ, ਉਹਨਾਂ ਨੂੰ ਪਤਾ ਲੱਗ ਸਕੇ ਵੀ ਗੁਰੂ ਇੰਨੇ ਚਾਹੁਣ ਵਾਲੇ ਉਹਦੇ ਪਿੱਛੇ ਨੇ। ਤੁਸੀਂ ਜ਼ਰੂਰ
ਕੈਂਡਲ ਮਾਰ ਸੀ ਜਿੱਥੇ ਇੱਕ ਤੱਕ ਛੋਟਾ 5-10 ਜਣੇ ਜੋ ਵੀ ਜਿੰਨੇ ਵੀ ਹੈਗੇ ਜਿੰਨਾ ਵੀ ਕਰ ਸਕਣ ਤੁਸੀਂ ਉਹਨਾਂ ਛੋਟੀ ਪਲੀ ਕਰੋ ਮੈਂ ਕਿਹਾ ਖਾਲਸਾ ਜੀ ਜੀ।